ਚੀਜ਼ ਆਉਂਦੇ ਆ, ਕਹਿੰਦੇ ਕਿ ਡਾਕਟਰ ਵੀ ਸਾਡਾ ਰੋਲ ਮਾਡਲ ਆ, ਤੇ ਤੇਰੇ ਰੋਲ ਮਾਡਲ ਕੌਣ ਆ, ਕਿ ਤੂੰ ਕਿੰਨਾ ਵੱਲ ਵੇਖਦਾ ਕਿ ਜਿਹਦੇ ਕਰਕੇ ਤੂੰ ਆ ਸਭ ਕੁਛ ਕਰ ਦਿਆ। ਮੈਂ ਤੁਹਾਨੂੰ ਇੱਕੋ ਹੀ ਜਵਾਬ ਦਿੰਦਾ, ਮੈਂ ਕਿਹਾ ਕਿ ਮੇਰੇ ਰੋਲ ਮਾਡਲ ਕੌਣ ਆ, ਉਹ ਮੇਰੇ ਗੁਰੂ ਆ, ਸਾਡੇ ਗੁਰੂ। ਦੇਖੋ ਤੁਸੀਂ ਸਿੱਖ ਹੋ ਜਾਂ ਨਾ ਹੋ, ਪਰ ਉਹਨਾਂ ਦੇ ਕੰਮ ਵੇਖੋ, ਉਹ ਗੁਰੂਆਂ ਨੇ ਤੁਹਾਨੂੰ ਕੀ ਦਿੱਤਾ, ਸਭ ਕੁਝ ਉੱਥੇ ਹੀ ਆ। ਅਸੀਂ ਕਈ ਵਾਰੀ ਆਪਣੇ ਰੋਲ, ਦੇਖੋ ਮੇਰੇ ਜੇ ਦੇਖਿਆ ਜਾਵੇ ਮੇਰੇ ਰੋਲ ਮਾਡਲ ਬਹੁਤ ਆ, ਮੇਰੇ ਫਾਦਰ ਸਾਹਿਬ ਆ, ਸ਼ਹੀਦ ਅਜ਼ਮ ਸਰਦਾਰ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਠੀਕ ਆ, ਉਹ ਸਾਰੇ ਸਾਡੇ ਰੋਲ ਮਾਡਲ ਆ। ਪਰ ਅਸੀਂ ਵੇਖੀਏ ਉਹਨਾਂ ਦੇ ਰੋਲ ਮਾਡਲ ਕੌਣ ਆ, ਉਹਨਾਂ ਨੇ ਕਿੰਨਾ ਨੂੰ ਪੜਿਆ, ਉਹਨਾਂ ਵਿੱਚ ਉਹਨਾਂ ਹੌਸਲਾ ਕਿੱਥੋਂ ਆਇਆ, ਕਰਤਾਰ ਸਿੰਘ ਸਰਾਭੇ 'ਚ ਇੰਨਾ ਹੌਸਲਾ ਕਿੱਥੋਂ ਆਇਆ ਕਿ ਉਹ ਅਮਰੀਕਾ ਛੱਡ ਕੇ ਇੱਥੇ ਆ ਗਿਆ। ਬਾਬਾ ਸੋਹਣ ਸਿੰਘ ਭਗੜੇ ਕੋ ਇੰਨਾ ਹੌਸਲਾ ਕਿੱਥੋਂ ਆਇਆ, ਇੰਨਾ ਜਜ਼ਬਾ ਕਿੱਥੋਂ ਸੀ ਕਿ ਉਹ ਇੱਥੇ ਸਭ ਕੁਛ ਛੱਡ ਕੇ ਐਸ਼ੋ ਰਾਮ, ਤੁਸੀਂ ਸਾਰੇ ਤੁਹਾਡੇ ਸਾਰੇ ਬੱਚੇ ਇਸ ਟਾਈਮ 'ਤੇ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕਰਦੇ ਆ ਕੈਨੇਡਾ ਅਮਰੀਕਾ ਦਾ, ਉਹ ਉਦੋਂ ਅਮਰੀਕਾ ਕੈਨੇਡਾ ਛੱਡ ਆਏ ਤੁਹਾਡੇ ਲਈ ਕਿ ਤੁਹਾਡਾ ਜਿਹੜਾ ਫਿਊਚਰ ਆ ਉਹ ਵਧੀਆ ਹੋਵੇ। ਉਹਨਾਂ ਦੇ ਰੋਲ ਮਾਡਲ ਕੌਣ ਸੀ, ਉਹਨਾਂ ਦੀਆਂ ਜੇ ਅਸੀਂ ਕਿਤਾਬਾਂ ਪੜ੍ਹੀਏ ਤੇ ਉਹ ਕਿੰਨਾ ਵੱਲ ਵੇਖਦੇ ਸੀ। ਮੈਂ ਕਿਹਾ ਤੁਹਾਨੂੰ ਕਹਿੰਦਾ, ਧਰਮ ਨੂੰ ਛੱਡ ਦਿਓ ਸਾਈਡ 'ਤੇ, ਬਸ ਇੱਕ ਮਨੁੱਖ ਨੂੰ ਵੇਖੋ, ਇਨਸਾਨ ਨੂੰ ਵੇਖੋ, ਉਹਨਾਂ ਦਾ ਕਿਰਦਾਰ ਕੀ ਸੀ, ਉਹ ਸਾਡੇ ਗੁਰੂ ਸਾਹਿਬਾਨ ਹੈ। ਆਪਾਂ ਆਪਣੇ, ਮੈਂ ਹਰ ਇੱਕ ਨੂੰ ਇੱਕ ਬੇਨਤੀ ਕਰੂੰਗਾ, ਭਾਵੇਂ ਤੁਸੀਂ ਹਿੰਦੂ ਹੋ, ਮੁਸਲਿਮ ਹੋ, ਸਿੱਖ ਹੋ, ਈਸਾਈ ਹੋ, ਗੁਰੂ ਨਾਨਕ ਪਾਤਸ਼ਾਹ ਬਾਰੇ ਜ਼ਰੂਰ ਪੜ੍ਹੋ। ਜਦੋਂ ਤੁਸੀਂ ਉਹਨਾਂ ਬਾਰੇ ਪੜ੍ਹੋਗੇ, ਤੁਹਾਨੂੰ ਉਸ ਤੋਂ ਬਾਅਦ ਕੋਈ ਰੋਲ ਮਾਡਲ ਨਹੀਂ ਲੱਭ, ਤੁਸੀਂ ਕਦੀ ਤੁਹਾਨੂੰ ਲੱਭਣਾ ਨਹੀਂ ਪੈਣਾ ਰੋਲ ਮਾਡਲ ਮੈਨੂੰ ਕਿਹੜਾ ਚਾਹੀਦਾ। ਉਹਨਾਂ ਦੀ ਲਾਈਫ ਵਿੱਚ ਹਰ ਇੱਕ ਚੀਜ਼ ਹੈਗੀ ਆ ਕਿ ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ। ਫਿਰ ਦੂਜੀ ਗੱਲ ਆ ਰੋਲ ਮਾਡਲ ਲੱਭਣ ਦੀ, ਸੋ ਮੈਂ ਤੁਹਾਨੂੰ ਇਹ ਦੱਸਦਾ ਮੇਰੇ ਰੋਲ ਮਾਡਲ ਮੇਰੇ ਗੁਰੂ ਆ। ਉਹਨਾਂ ਤੋਂ ਅੱਗੇ ਉਹਨਾਂ ਦੀ ਜਿਹੜੀ ਟੀਚਿੰਗਸ ਆ, ਭਾਵੇਂ ਉਹ ਮੇਰੇ ਫਾਦਰ ਸਾਹਿਬ ਨੇ ਅਪਲਾਈ ਕੀਤੀ ਆ, ਭਾਵੇਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ, ਕਰਤਾਰ ਸਿੰਘ ਸਰਾਭੇ ਨੇ, ਕਿਉਂਕਿ ਉਹ ਗੱਲਾਂ ਉਹ ਏਕੇ ਦੀਆਂ ਕਰਦੇ ਆ, ਇਨਕਲਾਬ ਦੀਆਂ ਗੱਲਾਂ ਕਰਦੇ ਆ, ਰੈਵੋਲੂਸ਼ਨ ਦੀਆਂ ਗੱਲਾਂ ਕਰਦੇ ਆ, ਜਿਹਦੇ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲਾਂ ਕਰਦੇ, ਉਹ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਦੱਸਤੀਆਂ ਸੀ। ਬਾਕੀ ਦੂਜੀ ਗੱਲ ਆਉਂਦੀ ਆ ਕਿ ਯਾਰ ਮੈਨੂੰ ਜੇ ਲੋਕ ਪੁੱਛਦੇ ਆ, ਡਾਕਟਰ ਤੂੰ ਕਦੋਂ ਵਾਪਸ ਜਾਣਾ, ਕਿਉਂਕਿ ਤੁਹਾਨੂੰ ਵੀ ਪਤਾ ਜਦੋਂ ਆਪਾਂ ਚੰਗਾ ਕੰਮ ਕਰਦੇ ਹਾਂ ਆਪਣੇ 'ਤੇ ਉਂਗਲਾਂ ਉੱਠਦੀਆਂ, ਤੁਹਾਨੂੰ ਲੋਕ ਚੁੰਡੀਆਂ ਵੱਢਦੇ ਆ, ਉਹਨਾਂ ਨੂੰ ਲੱਗਦਾ ਕਿ ਡਾਕਟਰ ਥੱਕ ਜੂਗਾ, ਉਹਦੀ ਕਿੰਨਾ ਕੁ ਹੌਸਲਾ ਵਾ। ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਨਾ, ਮੈਂ ਤੁਹਾਨੂੰ ਇਹ ਸਪੋਰਟਸ ਅਤੇ ਐਜੂਕੇਸ਼ਨ ਦੇ ਨਾਲ ਰਿਲੇਟ ਕਰ ਦੇਣਾ, ਜਿਹਦਾ ਮੇਰੇ ਜਿਹੜਾ ਬਿਆਨ ਹੈ ਨਾ ਯੂਥ ਲਈ ਆ, ਨੌਜਵਾਨ ਲਈ ਆ। ਜਦੋਂ ਆਪਾਂ ਪੜ੍ਹਦੇ, ਪਹਿਲੇ ਦਿਨ ਆਪਾਂ ਇੱਕ ਘੰਟਾ ਪੜ੍ਹਦੇ ਹਾਂ, ਹੌਲੀ ਹੌਲੀ 2 ਘੰਟੇ, ਫਿਰ ਆਪਾਂ ਨੂੰ ਲੱਗਦਾ ਯਾਰ ਨਹੀਂ ਸਾਰਾ ਦਿਨ ਕਿੱਦਾਂ ਕੋਈ ਪੜ੍ਹ ਸਕਦਾ, ਹੌਲੀ ਹੌਲੀ 3, 4, 5, ਫਿਰ ਆਪਾਂ ਇੱਕ ਮਿਸਾਲ ਬਣ ਜਾਂਦੇ ਹਾਂ, ਕਿਉਂਕਿ ਆਪਾਂ ਨੂੰ ਜੋ ਚੀਜ਼ਾਂ ਆਪਾਂ ਵੀ ਕਦੀ ਸੋਚਿਆ ਨਹੀਂ ਆਪਾਂ ਉਹ ਕਰਨ ਲੱਗ ਪੈਂਦੇ ਹਾਂ। 8-8 ਘੰਟੇ, 9-9, 23-23 ਘੰਟੇ ਵੀ ਆਪਾਂ ਇੱਕ ਦਿਹਾੜੀ 'ਚ ਪੜ੍ਹਨ ਲੱਗ ਪੈਂਦੇ ਹਾਂ। ਜਿੱਦਾਂ ਆਪਾਂ ਵੱਧਦੇ ਆਪਾਂ ਵਧੀ ਜਾਂਦੇ ਹਾਂ, ਇੱਦਾਂ ਹੀ ਜਿਹੜਾ ਤਸ਼ੱਦਦ ਹੈ ਨਾ, ਤੁਸੀਂ ਕਿੰਨਾ ਕੁ ਸਹਿ ਸਕਦੇ ਹੋ, ਉਹ ਵੀ ਇੱਦਾਂ ਹੀ ਚੱਲਦਾ। ਸਾਡੇ ਜਿਹੜੇ ਵੱਡੇ ਵਡੇਰੇ ਆ, ਜੇ 5ਵੀਂ ਪਾਤਸ਼ਾਹੀ ਦੀ ਗੱਲ ਕਰ ਲਈਏ, ਉਹਨਾਂ ਨੇ ਕੀ ਤਸ਼ੱਦਦ ਸਹਿ, ਸਾਡੇ ਕੀ ਉਹ ਇੱਕ ਮਿਸਾਲ ਆ। ਮਤਲਬ ਕਿ ਸਾਡੇ ਵੱਡੇ ਵਡੇਰੇ ਨੇ ਫਾਂਸੀਆਂ ਵੀ ਲਈਆਂ, ਇਹ ਦੇਸ਼ ਦੀ ਕੁਰਬਾਨੀ ਲਈ, ਧਰਮ ਬਚਾਉਣ ਲਈ, ਇਨਸਾਨੀਅਤ ਲਈ, ਮੈਂ ਕਹਿੰਦਾ ਧਰਮ ਨੂੰ ਵੀ ਛੱਡ ਦਿਓ, ਇਨਸਾਨੀਅਤ ਲਈ ਆਪਣੀ ਜਾਨ ਵੀ ਦੇ ਦਿੱਤੀ ਹੈ। ਸੋ ਸਾਡੇ ਲਈ ਉਹ ਮਿਸਾਲ ਆ, ਸਾਡੇ ਲਈ ਉਹ ਪੀਕ ਆ। ਮਤਲਬ ਕਿ ਤੁਸੀਂ, ਤੁਹਾਨੂੰ ਉੱਥੋਂ ਤੱਕ ਜਾਣਾ ਪਊਗਾ, ਸਾਨੂੰ ਮਾਰਨਾ ਪਊਗਾ, ਅਸੀਂ ਫਿਰ ਵੀ ਨਹੀਂ ਪਿੱਛੇ ਹਟਣੇ। ਇਹ ਸਾਡੇ ਲਈ ਮਿਸਾਲਾਂ ਸਾਡੇ ਗੁਰੂ ਸਾਹਿਬਾਂ ਤੋਂ ਸ਼ੁਰੂ ਹੋਈਆਂ, ਅੱਗੇ ਪੀੜ੍ਹੀ ਪਰ ਪੀੜ੍ਹੀ ਚੱਲਦੀ ਹੋਈਆਂ, ਜਿਹੜੀਆਂ ਕਰਤਾਰ ਸਿੰਘ ਸਰਾਭੇ ਨੇ, ਫਿਰ ਹਰੀ ਆਪਣੇ ਭਗਤ ਸਿੰਘ ਨੇ, ਊਧਮ ਸਿੰਘ ਨੇ, ਅੱਗੇ ਸਾਡੇ ਜਿਹੜੇ ਨੌਜਵਾਨ ਜਿਹੜੇ ਸ਼ਹੀਦ ਹੋਏ ਆ ਦੇਸ਼ ਦੇ ਲਈ, ਨੌਜਵਾਨ ਫੌਜੀ, ਇਹ ਸਾਰੀ ਉਹੀ ਪੀੜ੍ਹੀ ਆ ਚੱਲੀ ਆਉਂਦੀ ਆ। ਸੋ ਗੱਲ ਮੈਂ ਇਹ ਕਹਿਣ ਦਿਆਂ ਕਿ ਜਿਹੜੇ ਸੋਚਦੇ ਆ ਕਿ ਜਿਹੜੇ ਕਿਸਾਨਾਂ ਨੂੰ ਗਰਮੀ 'ਚ ਪਾ ਦਿਓਗੇ ਤੇ ਯਾਰ ਪਿੱਛੇ ਚੱਲ ਜਾਣਗੇ, ਤੁਸੀਂ ਸੋਚਣਾ, ਇਹ ਸੋਚ ਵੀ ਕਿੱਦਾਂ ਸਕਦੇ ਹੋ। ਸਾਡੇ ਤੁਸੀਂ ਹੀਰੋ ਤੇ ਵੇਖ ਲਓ, ਸਾਡੇ ਰੋਲ ਮਾਡਲ ਤੇ ਵੇਖ ਲਓ, ਐਂਡ ਕਰਨਾ ਪਊਗਾ, ਸਾਡੀ ਮੌਤ ਦੇ ਨਾਲ ਹੀ ਇਹ ਅੰਦੋਲਨ ਖਤਮ ਹੋਊਗਾ, ਉਹ ਤਾਂ ਖਤਮ ਨਹੀਂ ਹੋ ਸਕਦਾ। ਆਹ ਛੋਟੀ ਮੋਟੀਆਂ ਜਿਹੜੀਆਂ ਗਰਮੀਆਂ ਹੈ, ਆਹ ਹਨੇਰ ਆ ਗਿਆ, ਮੀਂਹ ਆ ਗਿਆ, ਇਹ ਸਾਨੂੰ ਤੋੜ ਨਹੀਂ ਸਕਦਾ। ਮੈਨੂੰ ਲੱਗਦਾ ਜਿਹੜੇ ਲੋਕ ਇਹ ਚੀਜ਼ ਨੂੰ ਤੋੜਨਾ ਚਾਹੁੰਦੇ ਸੀ, ਉਹ ਸਾਡੇ ਲੱਗੇ ਆ, ਉਹਨਾਂ ਦਾ ਇੱਕ ਇਗਜ਼ਾਮ ਆ, ਉਹ ਤੁਹਾਨੂੰ ਵੇਖ ਰਹੇ ਆ ਯਾਰ ਇਹ ਕਿੰਨੀ ਕੁ ਗਰਮੀ ਸਹਿ ਸਕਦੇ ਆ, ਤੇ ਕਿੰਨੀ ਸਰਦੀ ਸਹਿ ਸਕਦੇ ਆ, ਕਿੰਨਾ ਕੁ ਮੀਂਹ ਸਹਿ ਸਕਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਵੱਡੇ ਵਡੇਰੇ, ਸਾਡੇ ਗੁਰੂ ਸਾਹਿਬਾਨ ਤੱਤੀਆਂ ਤਵੀਆਂ 'ਤੇ ਬਹਿ ਗਏ, ਇਹ ਤੋਂ ਵੱਧ ਕੋਈ ਕੀ ਕਰ ਸਕਦਾ।
ਸੋ ਸਾਡੇ ਤੁਹਾਨੂੰ ਇਹ ਵੀ ਇਹ ਤੋਂ ਵੀ ਅੱਗੇ ਜਾਣਾ ਪਊਗਾ ਤੁਹਾਨੂੰ ਪਤਾ ਹੋਊਗਾ ਤੁਸੀਂ ਕੀ ਸਾਡੇ ਨਾਲ ਕਰ ਸਕਦੇ ਹੋ ਕਿਉਂਕਿ ਅੱਜ ਤੱਕ ਜੇ ਤੁਸੀਂ ਕੀਤਾ ਵੀ ਕੀ ਕੀਤਾ ਸਾਡੀ ਵੱਧ ਤੋਂ ਵੱਧ ਬਿਜਲੀਆਂ ਬੰਦ ਕਰ ਦਿੰਦੇ ਹੋ ਸਾਡੇ ਜਿਹੜਾ ਪਾਣੀ ਦਾ ਉਹ ਰਸਤਾ ਉਹ ਬੰਦ ਕਰ ਦਿੰਦੇ ਹੋ ਸਾਡੇ ਗਟਰ ਬੰਦ ਕਰਦੇ ਯਾਰ ਇਹ ਤੇ ਮਜ਼ਾਕ ਆ ਇਹਨਾਂ ਦੀ ਗੱਲ ਬਣਦੀ ਥੋੜ੍ਹਾ ਜਿਹਾ ਵਧਾਓ ਥੋੜ੍ਹਾ ਜਿਹਾ ਜਿਹੜਾ ਆਪਣਾ ਉਹ ਕੰਮ ਹੈ ਉਹਨੂੰ ਥੋੜ੍ਹਾ ਹੋਰ ਵਧਾਓ ਛੱਬੀ ਨੂੰ ਤੁਸੀਂ ਸਾਨੂੰ ਅੱਤਵਾਦੀ ਵੀ ਘਵਾਤਾ ਇਹਨਾਂ ਗੱਲ ਨਹੀਂ ਬਣਨੀ ਕਿਉਂਕਿ ਸਾਡੇ ਰੋਲ ਮਾਡਲ ਬਹੁਤ ਤਕੜੇ ਆ ਇਹ ਜਿਹੜੀ ਕੌਮ ਹੈ ਨਾ ਕਿਸਾਨੀ ਕੌਮ ਬੰਦਾ ਸਿੰਘ ਬਹਾਦਰ ਦੀ ਕੌਮ ਇਹ 'ਚ ਜਜ਼ਬਾ ਬਹੁਤ ਜ਼ਿਆਦਾ ਇਹ ਇਕੱਲੇ ਗਟਰ ਗੁਟਰ ਬੰਦ ਕਰਨਾ ਪਾਣੀ ਦੇ ਰਸਤੇ ਬੰਦ ਕਰ ਦਿਓ ਦਵਾਈਆਂ ਦੇ ਰਸਤੇ ਬੰਦ ਕਰ ਦਿਓ ਰੋਟੀ ਪਾਣੀ ਦੇ ਇਹਨਾਂ ਦੇ ਰਸਤੇ ਬੰਦ ਕਰ ਦਿਓ ਤੁਸੀਂ ਸਾਡਾ ਲੱਗਦਾ ਇਤਿਹਾਸ ਨਹੀਂ ਪੜਿਆ ਤੁਸੀਂ ਇਸ ਦੇਸ਼ ਦਾ ਇਤਿਹਾਸ ਨਹੀਂ ਪੜਿਆ ਤੁਹਾਨੂੰ ਪਤਾ ਨਹੀਂ ਇਹ ਸਰਹੱਦਾਂ ਦੀ ਰਾਖੀ ਕੌਣ ਕਰਦਾ ਤੇ ਕੌਣ ਕਰਦਾ ਰਿਹਾ ਤੇ ਕੌਣ ਕਰਦਾ ਰਹੂਗਾ ਬਾਕੀ ਵੇਖੋ ਗੱਲਾਂ ਕਰਨ ਮੈਂ ਬਹੁਤ ਕਰ ਸਕਦਾ ਮੈਂ ਇੰਨੀਆਂ ਹੀ ਕਰੂੰਗਾ ਬਸ ਆ ਲਾਸਟ ਗੱਲ ਮੇਰੀ ਇਹ ਹੋਈ ਆ ਗਰਮੀ ਸਰਦੀ ਸਰਦੀਆਂ ਵੀ ਆ ਗਈਆਂ ਗਰਮੀਆਂ ਵੀ ਸ਼ੁਰੂ ਹੋ ਗਈਆਂ ਮੀਂਹ ਵੀ ਪੈ ਗਏ ਫਿਰ ਸਰਦੀਆਂ ਆ ਜਾਣੀਆਂ ਹੁਣ ਸਾਈਕਲ ਚੱਲ ਗਿਆ ਸਭ ਕੁਝ ਵੇਖ ਲਿਆ ਹੁਣ ਸਰਕਾਰ ਜਾਂ ਜਿੰਨੇ ਵੀ ਬਈ ਤੁਹਾਨੂੰ ਝੁਕਣਾ ਪੈਣਾ ਇਹ ਤੋਂ ਬਗੈਰ ਮੈਂ ਗੱਲ ਕਹਿ ਦਿੰਦਾ ਇਹ ਲੋਕ ਪਿੱਛੇ ਜਾਣ ਵਾਲੇ ਨਹੀਂ ਆ ਕਿਉਂਕਿ ਸਾਡਾ ਇਤਿਹਾਸ ਬੜਾ ਤਕੜਾ ਸਾਡੇ ਗੁਰੂ ਸਾਹਿਬਾਨ ਸਾਡੇ ਰੋਲ ਮਾਡਲ ਆ ਅਸੀਂ ਪਿੱਛੇ ਹਟ ਨਹੀਂ ਸਕਦੇ ਇੱਕ ਹੀ ਚੀਜ਼ ਆ ਜਾਂ ਮੌਤ ਜਾਂ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।